ਅਸੀਂ ਕਾਰਵਾਈ ਜੀ ਸਾਰਿਆਂ ਨੂੰ ਲੋ ਬਈ ਅਤੇ ਆਪਣਾ ਮਹਿੰਦਰੇ ਦੀ ਵਾਇਰਿੰਗ ਵੁਇਰਿੰਗ ਹੋ ਕੇ ਆ ਗਈ ਅਤੇ ਕੱਲ੍ਹ ਵਲੋਗ ਨਹੀਂ ਪਾਇਆ ਬਾਈ ਨੱਕ ਅਤੇ ਫਿਣਸੀ ਜੀ ਨਿਕਲ ਗਏ ਨੇ ਇੰਨਾ ਤੜਫਾਇਆ ਹੋਇਆ ਵੀ ਗੱਲ ਛੱਡ ਦਿਉ ਬਾਈ ਹਜੇ ਵੀ ਦਵਾਈ ਲਾਈ ਵੀ ਦਵਾਈ ਲਾਈ ਹੋਈ ਹੈ ਤਾਂ ਵੀ ਟਸ ਟਸ ਕਰਦੀ ਹੈ ਕੱਲ੍ਹ ਪਰਸੋਂ ਤਾਂ ਭੰਨ ਵੀ ਲਈ ਅਤੇ ਨਿਕਲਿਆ ਕੁਛ ਹੈ ਨਹੀਂ ਅਤੇ ਹੋਰ ਜ਼ਿਆਦਾ ਹੋਈ ਜਾਂਦੀ ਹੈ ਅਤੇ ਹੁਣ ਫਿਰ ਦਵਾਈ ਜੀ ਦੇ ਕੇ ਉਹਨੂੰ ਇੱਕ ਕਰੀਮ ਜੀ ਟਿਊਬ ਜੀ ਦਿੱਤੀ ਆ ਉਹਦਾ ਹੀ ਹੈ ਅਤੇ ਨਾਲੇ ਗੋਲੀਆਂ ਲੈ ਕੇ ਆਇਆ ਬਾਕੀ ਬਾਈ ਮਹਿੰਦਰਾ ਲਿਆਂਦਾ ਇਹਦੀ ਵਾਇਰਿੰਗ ਦੁਬਾਰ ਤੋਂ ਪਈ ਹੈ ਸਾਰੀ ਜਿਹੜੀ ਸੜ ਗਈ ਤੀ ਹੋਰ ਤਾਂ ਸਾਰਾ ਕੁਛ ਇਹਦਾ ਓਕੇ ਖਰਚਿਆ ਉਹਨੇ ਬਾਈ ਨੇ ਕੱਲ੍ਹ ਹਾਂਜੀ ਠੀਕ ਹੈ ਸਾਰਾ ਟੋਟਲੀ ਮਤਲਬ ਕਿ ਬਦਮਾਨ ਹੋ ਗਿਆ ਹਾਂਜੀ ਬਾਕੀ ਦੇਖ ਰਿਹਾ ਮਤਲਬ ਕਿ ਆਹ ਲੱਟਾਂ ਲੁੱਟਾਂ ਬਲ ਦੀ ਦੀਆਂ ਚੱਕੇ ਵਾਲੀਆਂ ਇੰਡੀਕੇਟਰ ਆਲੇ ਆ ਦੂਜੀ ਆ ਗਿਆ ਮੈਂ ਦੁੱਧ ਪਾ ਦਿੰਦਾ ਇੰਨੇ ਤੂੰ ਸਾਰਾ ਵਰਕ ਕਰਕੇ ਦਿਖਾ ਦੇ ਇਹ ਵੀ ਸਿਸਟਮ ਵੀ ਚੱਲ ਪਿਆ ਇਹ ਕਹਿੰਦਾ ਮੈਂ ਵੀਡੀਓ 'ਚ ਆਉਣਾ ਵੀਰੇ ਤਾਂ ਪੀਸੀ ਕਿੱਥੇ ਆ ਲਾਈਟ ਵੀ ਨਹੀਂ ਚੱਲਦੀ ਇੱਕ ਬੜੀ ਲਾਈਟ ਉਹ ਵੀ ਚੱਲ ਪਈ ਇੰਡੀਕੇਟਰ ਹਰੇ ਆ ਵੀ ਬਲਦਾ ਇੱਧਰ ਵਾਲੇ ਨਾਲ ਪਹਿਲਾਂ ਇੰਡੀਕੇਟਰ ਵੀ ਇਹਦੇ ਵਰਕ ਕਰਦੇ ਹੋਣੇ ਵੀ ਕਰਦੇ ਲੋਕ ਉਹਨਾਂ ਨੇ ਬਿਜਲੀ ਲਾਈਟ ਹੋ ਗਈ ਅਤੇ ਮੁਰਲੀਆਂ ਪਤਾ ਨਹੀਂ ਚਲਾਈਆਂ ਪਤਾ ਨਹੀਂ ਨਹੀਂ ਮੁਰਲੀਆਂ ਨਹੀਂ ਚਲਾਈਆਂ ਜਿਹੜੀਆਂ ਬੜੀਆਂ ਲਾਈਟਾਂ ਆਪਣੀਆਂ ਉਹ ਵੀ ਨਹੀਂ ਚਲਾਈਆਂ ਟੈਕ ਦਾ ਚੱਲਦਾ ਹੀ ਆ ਆਵਾਜ਼ ਕਲਾ ਖਰਾਬ ਹੋ ਗਿਆ ਤਾਂ ਉਹ ਵੀ ਚੱਲ ਪਿਆ ਆਵਾਜ਼ ਘੱਟ ਵੱਧ ਆ ਹੁਣ ਤਾਂ ਹੋਣ ਲੱਗ ਗਈ ਵੋਲੀਅਮ ਸਾਰੀ ਸੈੱਟ ਪਹਿਲਾਂ ਇਹ ਖੜ ਗਿਆ ਤਾਂ ਚੱਲਣ ਦੇ ਰਫਾਈਨ ਦੀ ਬੇਸ ਲੱਗੀ ਵੀ ਹੈ ਨਾ ਯਾਰ ਕਰਦੇ ਬੰਦ ਓਕੇ ਹੋ ਗਿਆ ਹੁਣ ਪੂਰਾ ਇਹ ਚਾਰ ਪੰਜ ਦਿਨ ਉੱਥੇ ਰਿਹਾ ਹੁਣ ਲੈ ਕੇ ਆਏ ਪਾਪਾ ਅੱਜ ਨਾ ਕੱਲ੍ਹ ਲੈ ਕੇ ਆਏ ਤੇ ਕੱਲ੍ਹ ਰਾਤ ਠੀਕ ਕਰਾ ਕੇ ਅਤੇ 855 ਵੀ ਹਜੇ ਇੱਦਾਂ ਹੀ ਖੜ੍ਹਾ ਉਰੀ ਉਹ ਘਰੇ ਹੀ ਲਓ ਬਾਈ ਉਹਦੇ ਤਾਂ ਸਾਰਾ ਹੋ ਗਿਆ ਵਰਕਿੰਗ ਰਾਤ ਲੈ ਕੇ ਆਇਆ ਉਹਨੂੰ ਮੈਂ 8 ਵਜੇ ਉਹ ਕਹਿੰਦੇ ਬਾਈ ਲੈ ਜਾਣੀ ਸੀ ਅੱਜ ਵੀ ਲੈਣਾ ਤਾਂ ਕਹਿੰਦਾ ਬਾਈ ਐਤਵਾਰ ਆ ਉਰੇ ਫਿਰ ਬਾਹਰ ਖੜੂਗਾ 5-6 ਦਿਨਾਂ ਦਾ ਗਿਆ ਪਤਾ ਇਹ 2-3 ਦਿਨ ਤਾਂ ਇਹਦੀ ਤਾਰ ਓਰੀਜਨਲ ਤਾਰ ਤੀ ਨਾ ਜਿਹੜੀਆਂ ਮਤਲਬ ਵਾਇਰਿੰਗ ਤੀ ਮਹਿੰਦਰਾ ਐਂਡ ਮੇਨ ਦੇ ਉੱਚੇ ਮੋਟਰ ਵਾਲੇ ਫਿਰ ਉਹ ਏਜੰਸੀ ਤੋਂ ਲੁਧਿਆਣੇ ਤੋਂ ਮੰਗਵਾਈ ਬਾਈ ਨੇ ਅੱਛਾ ਤਾਂ ਹੀ 2-3 ਦਿਨ ਤਾਂ ਐਵੇਂ ਲੰਘ ਗਏ 2-3 ਦਿਨ ਦਾ ਤਾਂ ਇੱਕਣੇ ਨਿਕਲ ਗਏ ਫਿਰ ਉਹਦੇ ਬਾਅਦ 2 ਦਿਨ ਕਹਿੰਦਾ ਮੈਂ ਹੁਣ ਸਾਰੀ ਫਿਟਿੰਗ ਕਰੀ ਇਕੱਲੀ ਇਕੱਲੀ ਤਾਰ ਹੋਰ ਉਹ ਕਰਕੇ ਤਾਂ
ਫਿਰ ਰਾਤ 8 ਵਜੇ ਲੈ ਕੇ ਆਇਆ, ਕਹਿੰਦਾ ਬਾਈ ਲੈ ਜਾ। ਮੈਂ ਕਿਹਾ ਤਾਂ ਕੱਲ ਨੂੰ, ਕਹਿੰਦਾ ਕੱਲ ਨੂੰ ਐਤਵਾਰ ਆ ਬੰਦ ਹੈ, ਫਿਰ ਯਾਰ ਤੂੰ ਲੈ ਜਾ। ਫਿਰ ਮੈਂ ਕਿਹਾ ਫਿਰ ਰਾਤ 8 ਵਜੇ ਲੈ ਕੇ ਆਇਆ ਇਹਨੂੰ, ਅਤੇ ਬਾਕੀ ਸਾਰਾ ਕੰਮ ਬਾਈ ਨੇ ਬੜੀ ਤਸੱਲੀ ਬਖਸ਼ ਕਰਤਾ। ਫਿਰ ਫਿਊਜ਼ ਲਾ ਦਿਆ ਇੱਕ, ਉਹ ਕਹਿੰਦਾ ਜਿਹੜਾ ਆਪਾਂ ਇਹਨੂੰ ਫਿਊਜ਼ਾਂ ਨੂੰ ਆਪਾਂ ਲੱਗੇ ਵੇ ਨਾ ਇਹਨੂੰ, ਵੀ ਆਪਾਂ ਕਈ ਵਾਰ ਕਈ ਫਿਊਜ਼ ਉੱਡ ਜਾਂਦੇ, ਆਪਾਂ ਤਾਰ ਲਪੇਟ ਕੇ ਲਾ ਦਿੰਦੇ ਹਾਂ ਤਾਂ ਲੋਡ ਜ਼ਿਆਦਾ ਪੈ ਜਾਂਦਾ। ਫਿਊਜ਼ ਇਸ ਦਾ ਮਤਲਬ ਬਾਈ 15-10 ਦੇ ਵਿੱਚ ਰੱਖੋ, ਜੇ ਉੱਡੂਗਾ ਤਾਂ ਫਿਊਜ਼ ਉੱਡ ਜੂਗਾ, ਵਾਇਰਿੰਗ ਨਹੀਂ ਛੱਡੂਗੀ। ਅਤੇ ਉਹਨਾਂ ਨੇ ਇੱਕ ਬਾਈ ਨੇ ਹੁਣ ਇੱਕ ਹੋਰ ਫਿਊਜ਼ ਲਾ ਤਾ ਸੈਲਫ ਦੇ ਕੋਲ, ਕਹਿੰਦਾ ਵੀ ਜੇ ਹੁਣ ਕਿਤੇ ਵੀ ਜੇ ਬਰੀਕ ਪੁਆਇੰਟ ਉੱਡਿਆ ਤਾਂ ਅੰਦਰ ਵਾਲੇ ਫਿਊਜ਼ ਉੱਡ ਜੂਗੇ, ਜੇ ਕੋਈ ਜ਼ਿਆਦਾ ਹੀ ਸ਼ੋਰਟ ਹੋਈ ਕੋਈ ਤਾਰ ਤਾਂ ਮਤਲਬ ਕਿ ਵਾਇਰਿੰਗ ਨਹੀਂ ਛੱਡੂਗੀ, ਆਹ ਫਿਊਜ਼ ਉੱਡ ਜੂਗਾ। 40 ਨੰਬਰ ਲਾ ਤਾ ਉਹ, ਵੀ ਮੰਨ ਲਓ ਵੀ ਜੇ ਸਾਰਾ ਕੁਛ ਬੰਦ ਹੋ ਗਿਆ ਟਰੈਕਟਰ ਦਾ ਤਾਂ ਸਮਝ ਲਓ ਉਹ ਫਿਊਜ਼ ਉੱਡ ਗਿਆ, ਅਤੇ ਉਹ ਫਿਊਜ਼ ਲਾ ਤਾ ਉਹਨੇ। ਚਲ ਵਧੀਆ ਕੰਮ ਕਰਿਆ। ਬਾਕੀ ਮੈਂ ਸੁੱਚ ਲਾਉਣ ਦੀ ਸੋਚਦਾ ਤਾਂ ਵੀ ਦੂਆ ਸੁੱਚ ਲਵਾ ਦੂੰਗੇ, ਉਹ ਕਹਿੰਦਾ ਬਾਈ ਹੈ ਨਹੀਂ ਤਾਂ ਵੀ ਕੋਈ ਨਹੀਂ ਫੇਰ ਲਾ ਦੂੰਗੇ। ਬਾਕੀ ਸਵਰਾਜ ਹਲੇ ਤੋਂ ਬਾਈ ਸਵਰਾਜ ਹਲੇ ਆਪਣਾ ਮਤਲਬ ਕਿ ਇੱਥੇ ਖੜਾ, ਹੁਣ ਕੱਲ੍ਹ ਨੂੰ ਧਵਾ ਕੇ ਸਵੇਰੇ ਸਾਜਰੇ ਫਿਰ ਇਹਨੂੰ ਵੀ ਛੱਡ ਕੇ ਆਈਏ, ਕਿਉਂ ਉਹਦੇ ਕੋਲ ਟਰੈਕਟਰ ਖੜਿਆ ਤਾਂ ਮੂਹਰੇ। ਫਿਰ ਮੈਂ ਕਿਹਾ ਵੀ ਉੱਥੇ ਨਾਲੋਂ ਤਾਂ ਆਪਣੇ ਘਰ ਖੜਿਆ ਚੰਗਾ, ਜਦ ਫਿਰ ਉਹ ਕਹਿ ਦੂਗਾ ਫਿਰ ਉਈਓ ਖੜਾ ਕੇ ਰੱਖਣਾ, ਇੱਕ ਟਰੈਕਟਰ ਹੋਰ ਅੱਗੇ ਲੱਗ ਗਿਆ। ਮੈਂ ਚੱਲ ਕੋਈ ਨਾ ਲਾ ਲਾ, ਸਾਨੂੰ ਔਖਾ ਬਹੁਤ ਹੋਇਆ ਤਾਂ ਮਹਿੰਦਰੇ ਕਰਕੇ, ਇਹਨੇ ਬਹੁਤ ਕੰਮ ਸਾਰਿਆ ਬਾਈ। ਅਤੇ ਬਾਕੀ ਫਿਰ ਇਹਨੂੰ ਕੱਲ੍ਹ ਨੂੰ ਧਵਾ ਕੇ ਫਿਰ ਇਹਨੂੰ ਛੱਡ ਕੇ ਆਉਂਗੇ। ਰੇਹ ਨੂੰ ਚੱਕ ਲੈਂਦਾ ਤਾਂ ਬਾਈ ਥੋੜ੍ਹਾ ਰੇਹ ਜਮਿਆ ਜਾਵੇ, ਮੈਂ ਘੱਟ ਚੱਕ ਕੇ ਲਿਆ ਇਹ 40 ਥੱਲੇ ਯੂਰੀਏ ਦੇ ਚੱਕ ਲਿਆਂਦੇ ਤੇ, ਅਤੇ ਫਿਰ ਮੈਂ ਕਿਹਾ ਫਿਰ ਲਿਆਉਂਗੇ, ਘਿਓਰੇ ਵੀ ਪਿਆ ਕੁਛ ਪਹਿਲਾਂ ਦੁਕਾਨਾਂ 'ਚ ਪਿਆ, ਅਤੇ ਆਪਣੇ ਵੀ ਪਿਆ ਰਹਿਣਾ ਹਲੇ, ਇੱਕ ਰੇਹ ਪਹਿਲਾਂ ਪੈਣਾ, ਉਸ ਹਿਸਾਬ ਨਾਲ ਫਿਰ ਹੋਰ ਹੋਰ ਵੀ ਆਈ ਜਾਊਗਾ। ਬਾਕੀ ਬਾਈ ਅਤੇ ਕੁੱਤੇ ਆਪਣੇ ਰੂਬੀ ਦੇ ਬੱਚੇ, ਅੱਜ 3 ਬੱਚੇ ਲੈ ਗਏ ਬੰਦੇ, 2 ਤਾਂ ਲੈ ਗਏ ਆਪਣਾ ਬੰਦਾ ਬਾਈ, ਇੱਕ ਵੀਡੀਓ ਦੇਖਦਾ ਸਪੇਨ ਹੈ, ਅਤੇ ਉਹਨਾਂ ਦੇ ਰਿਸ਼ਤੇਦਾਰ ਇੱਧਰ ਪਤਾ ਨਹੀਂ ਉਹ ਲੈ ਕੇ ਗਏ, ਇੱਕ ਤਾਂ ਉਹ ਆਪ, ਉਹਨਾਂ ਦੇ ਡੈਡੀ ਕਹਿੰਦੇ ਵੀ ਮੇਰੇ ਡੈਡੀ ਵੀ ਆਏ ਹੋਏ ਆ, ਵੀ ਉਹ ਕਹਿੰਦੇ ਵੀ 4-5 ਮਹੀਨੇ ਮੈਂ ਇੱਥੇ ਰੱਖਣਾ ਰਹਿਣਾ ਹੈ ਅਤੇ ਮੈਂ ਬੱਚਾ ਪਾਲਣਾ ਹੈ ਉਹ, ਅਤੇ ਇੱਕ ਹੋਰ ਲੈ ਕੇ ਗਈ ਹੋਰ ਰਿਸ਼ਤੇਦਾਰ ਉਹਨਾਂ ਦੇ, ਅਤੇ ਉਹ ਅੱਜ ਆਏ ਤਾਂ ਮੈਂ ਹੈ ਨਹੀਂ ਸੀਗਾ, ਮੈਂ ਗਿਆ ਹੋਇਆ ਕਿਤੇ ਬਾਹਰ, ਤੇ ਦੋਨੋਂ ਮਤਲਬ ਕਿ 3 ਕੁੱਤੇ ਮੇਰੇ ਮਗਰ ਤੋਂ ਗਏ, 3 ਇੱਕ ਬਾਅਦ ਚ ਹੋਰ ਆਏ ਤੇ, ਹਾਂ 3 ਇੱਕ ਇੱਕ ਲੈ ਕੇ ਆਪਣਾ ਇੱਥੇ ਗੜੀ ਤੋਂ ਆ, ਆਪਣੇ ਉਹਨਾਂ ਦੇ ਇੱਥੇ ਰਿਸ਼ਤੇਦਾਰੀ ਰਹਿੰਦੀ ਹੈ ਪਿੰਡ 'ਚ, ਅਤੇ ਉਹ ਉਹਦਾ ਮੈਨੂੰ ਕਿਸੇ ਦਿਨ ਦਾ ਚਿਮੜਿਆ ਤਾਂ ਮੈਂ ਕਿਹਾ ਥੋੜ੍ਹਾ ਬੜਾ ਹੋ ਗਿਆ, ਅਤੇ ਰਹਿ ਗਏ ਆਪਣੇ ਇਹ 9, ਹੁਣ 9 ਰਹਿ ਗਏ, 9 ਰਹਿ ਗਏ, ਇਹਨਾਂ 'ਚੋਂ ਇੱਕ ਚਿੱਟੀ ਕੁੱਤੀ ਚਲੇ ਗਈ ਬਾਈ, ਚਿੱਟੀ ਕੁੱਤੀ ਇੱਕ ਕਾਲਾ ਜਿਹਾ ਕੁੱਤਾ ਚਲੇ ਗਿਆ, ਤੇ ਇੱਕ ਕਾਲਾ ਚਿੱਟਾ ਕੁੱਤਾ ਚਲੇ ਗਿਆ, ਰੂਬੀ ਮੰਗ ਰੂਬੀ ਵਰਗਾ ਕੁੱਤਾ ਚਲੇ ਗਿਆ, ਹਾਂ ਉਹ ਚਲੇ ਗਿਆ। ਬਾਕੀ ਰੂਬੀ 2 ਨੂੰ ਪਹਿਲਾਂ ਬਾਈ ਲੱਭਦੀ ਰਹੀ, ਹੁਣ ਇਹ ਫਿਰ ਇੱਥੇ ਬੈਠੇ, ਨਹੀਂ ਤੇ ਹੁਣ ਇਹ ਛੱਡ ਛੱਡ ਕੇ ਜਾਣ ਲੱਗ ਜੇ, ਕਿੰਨੇ ਸੋਹਣੇ ਪਏ ਹੁਣ, ਅੱਖਾਂ ਅੱਖਾਂ ਖੁੱਲ ਗਈਆਂ, ਇਹ ਸਮੁੰਦਰ ਹੋ ਗਏ ਇਹ, ਜਾਂ ਬਾਥਰੂਮ ਆਉਂਦਾ ਥੋੜ੍ਹਾ ਉੱਠ ਕੇ ਉੱਧਰ ਇੱਧਰ ਇੱਧਰ ਜਾਂਦੇ ਆ, ਹੁਣ ਮੈਂ ਦੇਖ ਉੱਥੇ ਨਹੀਂ ਕਰਦੇ ਹੈਗੇ, ਦੇਖ ਲਓ ਕਿੰਨੀ ਉਹ ਵੀ ਉੱਥੇ ਨਹੀਂ ਕਰਦੇ, ਥੋੜ੍ਹਾ ਉੱਧਰ ਥੋੜ੍ਹਾ ਜਿਹਾ ਇੱਧਰ ਆ ਕੇ ਪਰਾਲੀ ਜੀ ਵਜਾ ਇੱਥੇ, ਹਾਂ ਇੱਧਰ ਆ ਕੇ ਕਰ ਲੈਂਦੇ ਆ, ਉਹ ਦੇਖ ਲਓ ਬਸ ਜੇ ਕਿਤੇ ਛੇੜਦੇ ਜਾਂ ਤੇ ਫਿਰ ਜਦੋਂ ਲੈ ਜਾਂਦੇ ਓਏ, ਅੱਖਾਂ ਖੋਲ ਕੇ ਪਿਆ, ਅੱਖਾਂ ਖੋਲ ਕੇ ਪਿਆ ਚੁੜੀ ਹੈ ਜੀ, ਤੈਨੂੰ ਕਹਿੰਦਾ ਤੇਰੀ ਵਾਲੀ ਆਦਤ ਹੈ ਇਹਨੂੰ, ਮੇਰੀ ਵਾਲੀ ਆਦਤ ਹੈ, ਤੂੰ ਵੀ ਅੱਖਾਂ ਹੀ ਪੈਂਦਾ, ਤੂੰ ਐਂ ਲੱਗਦਾ ਵੀ ਹੈ ਨਕਾਰਨ ਦੇਖ ਰਿਹਾ ਹੈ, ਤੈਨੂੰ ਕੋਈ ਕਹਿ ਨਹੀਂ ਸਕਦਾ ਨਕਾਰਨ ਸੁੱਤਾ ਪਿਆ, ਅੱਧੀ ਅੱਖਾਂ ਖੁੱਲੀ ਮੈਂ ਹੁੰਦੀ ਹਾਂ, ਲੈ ਬਈ ਤੂੰ ਕਹਿੰਦਾ ਹੁਣ ਕੁੱਤੇ ਕਿਹੜੇ ਕਿਹੜੇ ਲੈ ਗਏ, ਵੈਸੇ ਤਾਂ ਇੱਕ ਚਿੱਟਾ ਹੈ, ਉਹ ਤਾਂ ਆਪਣੇ ਭਾਣਜੇ ਨੇ ਲੈ ਕੇ ਜਾਣਾ ਬਾਈ, ਕੁੱਤਾ ਤਾਂ ਹੀ ਰਹਿ ਗਿਆ ਇੱਕ, ਹੈ ਨਾ ਠੀਕ ਹੈ, ਹਾਂ ਇੱਕ ਪੂਰਾ ਇੱਕ ਆਏ, ਇਹ ਤਾਂ ਕੁੱਤੀ ਆ, ਇਹ ਵੀ ਵਰਗਾ ਹੀ ਆ, ਉਹ ਪਿਆ ਥੱਲੇ, ਆ ਪਿਆ ਆ ਥੱਲੇ ਪਿਆ ਜਿਹੜਾ ਥੱਲੇ, ਹਾਂ ਅੱਛਾ ਹਾਂ ਇੱਕ ਆ ਰਹਿ ਗਿਆ, ਹਾਂ ਠੀਕ ਆ, ਤੇ ਇੱਕ ਉਹ ਚਿੱਟਾ ਕਾਲਾ ਚਿੱਟਾ ਇਹ ਵੀ ਕਿਹਾ ਬਾਈ, ਇਹ ਵੀ ਪੂਰਾ ਜਿਹਾ ਹੀ ਆ, ਇਹ ਥੋੜਾ ਥੋੜਾ ਪੂਰਾ ਥੋੜਾ ਥੋੜਾ ਉਹ, ਹੈ ਨਾ, ਇਹ ਕਿਹਾ ਬਾਈ ਇਹਨਾਂ ਨੇ, ਹਾਂ ਇਹ ਇਹਨਾਂ ਨੇ ਲੈਣਾ, ਹਾਂ ਇਹ ਵੀ ਗਿਆ ਬਾਈ, ਆਹ 2 ਤਾਂ ਗਏ ਬਈਆਂ,
ਇੱਕ ਕੁੱਤਾ ਹੋਰ ਰਹਿ ਗਿਆ। ਅੱਛਾ ਪੂਰਾ ਦਾ ਹਨਾ? ਨਹੀਂ ਨਹੀਂ ਹਾਂ ਇੱਕ ਪੂਰਾ ਹੈ, ਇੱਕ ਹਾਂ ਤਿੰਨ ਰਹਿ ਗਏ, ਤਿੰਨ ਕੁੱਤੇ ਚਲੇ। ਕੁੱਤੇ ਕਿੰਨੇ ਗਏ ਆਪਣੇ? ਕੁੱਤੇ ਦੋ ਗਏ ਆ, ਦੋ ਗਏ, ਇੱਕ ਕਾਲਾ ਹੈ, ਕੁੱਤਾ ਹੋਰ ਕਿਹੜਾ? ਆਲਾ ਉਹ ਵੀ ਆ ਜਿਹੜਾ ਵਿੱਚ, ਇਹ ਬਾਈ ਸਭ ਤੇ ਛੋਟੀ ਹੈ, ਛੋਟੀ ਹੈਗੀ ਆ, ਤਿੱਖੀ ਬਹੁਤ ਆ ਇਹ, ਅੱਖਾਂ ਖੋਲਦੇ, ਤਿੱਖੀ ਬਹੁਤ ਆ ਇਹ, ਜਮੀ ਛੋਟੀ ਜੀ ਹੈ ਉਹਦੇ, ਸਭ ਤੇ ਛੋਟੀ, ਸਭ ਤੇ ਬਾਅਦ ਵਾਲੇ ਹੋ ਗਈ ਇਹ। ਹਾਂ ਇਹ ਸਾਡੀ ਸ਼ਾਊ ਹੈ, ਇਹ ਸਾਡੀ ਸ਼ਾਊ ਕੁੱਕੂ ਆ, ਇਹ ਸਭ ਤੇ ਸਾਊ ਆ ਬਾਈ। ਕੋਈ ਵੀ ਦੇਖ ਲਓ ਹੈਰਾਨ ਰਹਿ ਜਾਂਦਾ ਯਾਰ ਵੀ ਪਿੱਟ ਪੁੱਲ ਹੋ ਕੇ ਨਿਆ ਵੀ ਅੱਕਣਾ ਬੱਚਿਆਂ ਨੂੰ ਹੋ ਕੇ ਵੀ ਦੇਖ ਲਓ, ਨਾ ਕਿਸੇ ਨਿਆਣੇ ਨੂੰ ਕੋ ਕਹਿੰਦਾ, ਦੇਖ ਲਓ ਇਸ਼ਾਨ ਅੰਦਰ ਰਹਿੰਦਾ, ਹੋਰ ਕਿਸੇ ਨੂੰ ਕੁਛ ਨਹੀਂ ਕਹਿੰਦੇ ਹੈਗੇ ਜੀ, ਨਾ ਕਿ ਬਸ ਊਂ ਹੈ ਵੀ ਉੱਪਰੇ ਬੰਦੇ ਨੂੰ ਨਹੀਂ, ਜਿਹਦੇ ਜਿਹਨੂੰ ਪਛਾਣ ਆ ਉਹਨੂੰ ਕੋਈ ਉਹ ਨਹੀਂ, ਉੱਪਰੇ ਬੰਦੇ ਨੂੰ ਤਾਂ ਬਾਈ ਅੰਦਰ ਨਹੀਂ ਵੜਨ ਦਿੰਦੀ, ਫਿਰ ਕਈ ਵਜੇ ਅੱਡ ਦੇਵੇ, ਫਿਰ ਝਿੜਕਣਾ ਪੈਂਦਾ ਤਾਂ ਡਿੱਗਦੀ, ਹਾਂ ਨਹੀਂ ਤਾਂ ਮਗਰੇ ਉਹਨਾਂ ਦੇ ਮਗਰੇ ਪੈਂਦੀ ਹੈ। ਬਾਕੀ ਥੋੜ੍ਹਾ ਹੁਣ ਐਂ ਵੀ ਜਦ ਆਪਣਾ ਕੁੱਤੇ ਮਾਰਿਆ ਤਾਂ ਉਹਨੇ ਗੱਡੀ ਨੇ, ਜਦ ਤੇ ਕੁੱਤੇ ਉਹਦਾ ਮਗਰ ਪੈਣ ਲੱਗ ਗਈ ਸੀ ਇਹ ਗੱਡੀ ਗੁੱਡੀ ਮੋਟਰਸਾਈਕਲ ਮਗਰ, ਪਰ ਹੁਣ ਹਟ ਗਈ ਫਿਰ। ਉਹਦੇ ਬਰਾਬਰ ਦਿਖਾਇਆ ਚਿੱਟੇ ਦੇ ਬਰਾਬਰ ਛੋਟਾ ਜਿਹਾ ਚੱਕ ਕੇ, ਚਿੱਟਾ ਚਿੱਟੇ ਦੇ ਬਰਾਬਰ ਕਾਲਾ ਜਿਹਾ, ਜਿਹੜੀ ਕਾਲੀ ਜੀ ਛੋਟੀ ਕੁੱਤੀ ਬਹੁਤ ਤਗੜੀ ਹੈ ਹਨਾ, ਹੈ ਕਾਲੀ ਜੀ ਦਿਖਾਇਆ ਇਹਦੇ ਬਰਾਬਰ ਕਿ ਕਿੰਨੀ ਕੁ ਲੱਗਦੀ ਬੱਚੀ ਬਾਈ, ਆ ਦੇਖੋ ਜੀ ਨੂੰ ਮੈਂ ਕਹਿੰਦਾ ਸਭ ਤੇ ਛੋਟੀ ਹੱਲ ਹੈ, ਦੇਖ ਅੱਧੀ ਹੈ, ਅੱਧੀ ਆ, ਅੱਧੀ ਹੈ ਜਿਹਨਾਂ ਦਾ ਸਿਰ ਵੀ ਦੇ ਗਿਆ, ਹੈ ਅੱਧੀ ਹੈ, ਹਾਂ ਉਹ ਮੈਂ ਕਿਤੇ ਰੁੱਬੇ ਸਭ ਤੇ ਛੋਟੀ ਹੈ। ਮੈਂ ਦੋ ਚਾਰ ਦਿਨਾਂ ਤੱਕ ਆਦੇ ਅੱਖਾਂ ਸਾਰਨੇ ਖੋਲਣੀ, ਸਾਰਨੇ ਨੇ ਤਾਂ ਖੋਲਣੀ ਹੈ, ਹੈ ਓਏ ਛੱਡੋ ਇੱਧਰ, ਦੋ ਚਾਰ ਦਿਨਾਂ ਤੱਕ ਇਹਨਾਂ ਸਭ ਨੇ ਬਾਹਰ ਆਲੇ ਦੁਆਲੇ ਘੁੰਮਣ ਲੈ ਜਾਣਾ, ਆ ਵੀ ਘੈਂਟ ਹੈ, ਆ ਕੁੱਤੀ ਵੀ ਘੈਂਟ ਹੈ, ਆ ਰੁੱਬੀ ਹੈ ਤੂੰ ਵੀ, ਥੋੜੀ ਬਸ ਨਹੀਂ ਥੋੜੇ ਫਰਕ ਹੈ, ਉੱਪਰ ਦੇ ਰੁੱਬੀ ਰੁੱਬੀ ਕਿੱਥੇ ਹੈ, ਰੁੱਬੀ ਵਾਂਗ ਆਹ ਹੈ ਨਾ, ਇਹ ਵੀ ਨਹੀਂ ਹੈਗਾ, ਰੁੱਬੀ ਵਰਗਾ ਨਹੀਂ ਹੈ, ਕਿੱਥੇ ਗਿਆ ਕਿਹੜਾ, ਉਹ ਰੁੱਬੀ ਵਾਂਗ ਦਾ ਜਿਹੜਾ ਲੈ ਕੇ ਗਏ, ਚਿੱਟਾ ਕਾਲਾ ਕੁੱਤਾ ਦਾ, ਹਾਂ ਉਹ ਵੀ ਦਾ ਚਿੱਟਾ ਕਾਲਾ ਕੁੱਤਾ ਦਾ, ਉਹ ਲੈ ਗਏ ਉਹਦਾ, ਆਹਾ ਪਿਓਰ ਕਾਲੀ, ਆ ਵੀ ਕੁੱਤਾ ਹੈ ਯਾਰ, ਫਿਰ ਨਾਲ ਤੂੰ ਕਹਿੰਦਾ ਕਾਲਾ ਜਿਹਾ ਲੈ ਗਏ ਉਹ, ਫਿਰ ਦੋ ਤੇ ਕਾਲੇ ਕੁੱਤੇ, ਅੱਛਾ ਇਹ ਪਿਓਰ ਨਹੀਂ ਹੈਗਾ ਕਾਲਾ, ਮਤਲਬ ਕਿ ਹੈ ਥੋੜਾ ਗ੍ਰੇ, ਥੋੜਾ ਜਿਹਾ ਉਹਦੇ ਚ ਗ੍ਰੇ ਜੀ ਚ, ਨਹੀਂ ਵਾਈਟ ਹੈਗਾ ਇਹਦੇ ਛਾਤੀ ਤੇ, ਅੱਛਾ ਥੱਲੇ, ਹਾਂ ਪਿਓਰ ਦਾ ਕੋਈ ਵੀ ਨਹੀਂ ਤਾਂ ਕਾਲਾ, ਵਾਈਟ ਹੈ ਹੀ ਤਾਂ ਛਾਤੀ ਤੇ, ਇਹ ਨਾਣੋ ਉਹਨਾਂ ਨੂੰ ਚਿੱਟਾ ਬਹੁਤ ਪਸੰਦ ਆਇਆ ਤਾਂ ਕੁੱਤਾ, ਕਹਿੰਦੇ ਚਿੱਟਾ ਲੈ ਕੇ ਜਾਣ, ਚਿੱਟਾ ਪੁੱਛ ਲਓ, ਕਹਿੰਦੇ ਦੋ ਦੋ ਤਿੰਨ ਵਾਰ ਗਿਆ ਮੈਨੂੰ, ਕਹਿੰਦੇ ਚਿੱਟਾ ਪੁੱਛ ਲਓ, ਮੈਂ ਕਿਹਾ ਉਹ ਉੱਧਰ ਕਿਹਾ ਵਾ ਹੁਣ, ਚਿੱਟਾ ਭਾਣਦੇ ਨੇ ਗਿਆ ਹੋਇਆ, ਉਹਨਾਂ ਨੂੰ ਪਿਛਲੀ ਵਾਰ ਵੀ ਨਹੀਂ ਤਾਂ ਮਿਲਿਆ, ਬਾਈ ਸਿਆਣੀ ਬਹੁਤ ਹੈ ਬਾਈ, ਇਹਦੇ ਕਰਕੇ ਉਹ ਹੁੰਦਾ ਸਭ ਤੇ ਸਿਆਣੀ ਨਿਕਲੀ ਹੈ, ਪਰ ਥੋੜਾ ਬਾਈ ਬੰਨਣੇ ਪੈ ਗਿਆ, ਅਸੀਂ ਬੰਨੀ ਨਹੀਂ ਹੈਗੇ ਕਦੇ, ਬਹੁਤ ਘੱਟ ਦੇ ਰਹੇ, ਬਹੁਤ ਘੱਟ ਬੰਨੀ ਹੈ, ਮਤਲਬ ਕਿ ਇਹ ਤਾਂ ਵੀ ਫਰਕ ਹੈਗਾ, ਇਹਨੂੰ ਜ਼ਿੰਦਗੀ ਜਿਉਣ ਦਿੱਤੀ ਆ, ਖੁੱਲੀ ਅਕਲ ਹੈਗੀ ਆ ਤੇਰੇ ਨਾਲੋਂ, ਹੈ ਓਏ ਨਾ ਨਾ ਮੈਂ ਤਾਂ ਘੱਟ ਅਕਲ ਆ ਉਹਨੂੰ, ਐ ਕੋਈ ਘੱਟ ਨਹੀਂ ਹੈਗੀ ਤੇਰੇ ਨਾਲੋਂ, ਜ਼ਿਆਦਾ ਅਕਲ ਹੈ ਉਹਨੂੰ, ਹਾਂ ਦੇਖ ਲੈ, ਪਰ ਇੰਨਾ ਡਰਪੋਕ ਹੈ ਨਾ ਇਹ ਬਾਈ, ਇੰਨਾ ਡਰਪੋਕ ਹੈ ਤਾਂ ਸਾਡੇ ਕਰਕੇ ਖੜੇ ਦਾ ਉਰੇ, ਬੈਡ ਤਾਰਤਾ ਆਪਾਂ ਟਰਾਲੇ ਦਾ, ਹਵਾ ਹਵਾ ਚੈੱਕ ਕਰਾਂਗੇ, ਬਾਹਰ ਕਹਿੰਦਾ ਕੋਈ ਨਾ ਹੁਣ ਸਟਾਰਟ ਹੋਊਗਾ ਵਾ ਉਹਨੂੰ ਕਰਦੇ।
ਮਿੰਟ 5 ਲਾਏ ਮਸ਼ੀਨ ਨਾਲ 5 ਮਿੰਟ ਜੇ ਮਾਰਿਆ ਜਦੇ ਖੋਲ ਦੇ ਮਸ਼ੀਨ ਜੀ ਗੰਨ ਜੀ ਨਾਲ ਗੰਨ ਦਾ ਬਈ ਫਾਇਦਾ ਬਹੁਤ ਜ਼ਿਆਦਾ ਪਾਪਾ ਜਿੰਨਾ ਕਹਿ ਤੂੰ ਪਾਪਾ ਬੀਬੀ ਜੀ ਨੂੰ ਜਾਣ ਦੇਣੀ ਉਹਨੂੰ ਆਣ ਨਹੀਂ ਦਿੰਦੀ ਨਹੀਂ ਹਾਂ ਜਿਹਨੂੰ ਜਾਣਦੇ ਨਹੀਂ ਉਹਨੂੰ ਨਹੀਂ ਆਉਣ ਦਿੰਦੀ ਉਰੇ ਗੇਟ ਤੇ ਵੀ ਨਹੀਂ ਗੇਟ ਦੇ ਅੰਦਰ ਕੋਈ ਵੜ ਨਹੀਂ ਸਕਦਾ ਫਿਰ ਰੱਖਣ ਦੂਏ ਉਹਨਾਂ ਨੂੰ ਬਹੁਤ ਪੈਂਦੇ ਜਿਹੜੇ ਉਰੇ ਉਹ ਚ ਕਰਦੇ ਫਿਰਦੇ ਹੁੰਦੇ ਬਾਈ ਸਭ ਤੋਂ ਵੱਧ ਪੈਂਦੇ ਆ ਜਿਹੜੇ ਕੂੜਾ ਕੂੜਾ ਇਕੱਠਾ ਕਰਦੇ ਹੁੰਦੇ ਕੰਚ ਦੀਆਂ ਬੋਤਲਾਂ ਕੰਚ ਕੁੰਚ ਚੱਕਦੇ ਆ ਮਜ਼ਾਲ ਆ ਬਾਈ ਉਹ ਤਾਂ ਜੇ ਕਿਤੇ ਵੀ ਦੂਰ ਤੇ ਹੀ ਪਤਾ ਲੱਗ ਜਾਂਦਾ ਇਹਨੂੰ ਦੇਖ ਲਓ ਬਾਈ ਉਹ ਆ ਉਹ ਮੋੜ ਤੇ ਲਾ ਜਾਂਦੇ ਆ ਉਹ ਮੋੜ ਤੇ ਬਾਕੀ ਹੁੰਦੀ ਉਹ ਟਿਕਣਾ ਕੰਮ ਕਰਦੇ ਆ ਜਾਂ ਕੋਈ ਗੱਡੀਆਂ ਵਾਲੇ ਕੋਈ ਹੋ ਗਿਆ ਮਤਲਬ ਐ ਨਹੀਂ ਵੀ ਮਤਲਬ ਜਿਹੜੇ ਉਹ ਵੇਚਦੇ ਫਿਰਦੇ ਹੁੰਦੇ ਆ ਵੀ ਉਹ ਵੜ ਜੂਗਾ ਪਿੰਡ ਦੇ ਵਾਲੇ ਦੀ ਫਿਰ ਵੀ ਗੱਲ ਹੋਰ ਆ ਪਿੰਡ ਵਾਲਿਆਂ ਨੂੰ ਬੰਦਿਆਂ ਨੂੰ ਹੋਰ ਥੋੜਾ ਜਿਹਾ ਉਹ ਕਰਦੀ ਆ ਪਰ ਬਾਹਰ ਦਾ ਨਹੀਂ ਜਿਵੇਂ ਉਹ ਕੰਚ ਵਾਲੇ ਆ ਤਾਂ ਉਹਨਾਂ ਨੂੰ ਤਾਂ ਕੁਆੜੀਏ ਹੋਏ ਹੋਰ ਉਹਨਾਂ ਦਾ ਮਜ਼ਾ ਵੀ ਵੜ ਜੂਗਾ ਕਿਧਰੇ ਨੂੰ ਉਹ ਨਹੀਂ ਆਉਣ ਦਿੰਦੀ ਤੇ ਬਾਕੀ ਅਵਾਰਾ ਡੰਗਰ ਜਿਵੇਂ ਆਪਣਾ ਪਿੰਡ ਦੇ ਝੋਟਾ ਛੱਡਿਆ ਵਾ ਉਹ ਨਹੀਂ ਵੜ ਸਕਦਾ ਗਾਂ ਕਈ ਵਾਰ ਆਏ ਉਹ ਨਹੀਂ ਵੜ ਸਕਦੀਆਂ ਉਹ ਬਿਲਕੁਲ ਨਹੀਂ ਵੜਨ ਦਿੰਦੇ ਬਸ ਬਾਹਰ ਗੇਟ ਦੇ ਅੰਦਰ ਨਹੀਂ ਆ ਸਕਦੇ ਇਹ ਹੈ ਆਪਣੇ ਡੰਗਰ ਨੂੰ ਕੁਛ ਨਹੀਂ ਕਹਿੰਦੀ ਹੈਗੀ ਆਪਣੇ ਡੰਗਰਾਂ ਨੂੰ ਪੈਂਦੀ ਆ ਜੇ ਕਿਤੇ ਤੰਗ ਕਰਦੇ ਆਪਾਂ ਨੂੰ ਤੰਗ ਕਰਦੇ ਨਹੀਂ ਹੈਗੀ ਮਤਲਬ ਕਿ ਰੋਕਦੀ ਆ ਉਹਨਾਂ ਨੂੰ ਭੱਜਣ ਨਹੀਂ ਦੇਣੇ ਬਾਹਰ ਨਹੀਂ ਭੱਜਣ ਦੇਣੇ ਉੱਧਰ ਨਹੀਂ ਭੱਜਣ ਦੇਣਾ ਅਕਲ ਬਹੁਤ ਆ ਬਾਈ ਇਹਨਾਂ ਜਿੰਨੀ ਕਹਿ ਦੇਵੇ ਉਨੀ ਅਕਲ ਆ ਤੇਰੇ ਨਾਲੋਂ ਜ਼ਿਆਦਾ ਅਕਲ ਆ ਇਹਨੂੰ ਅਸੀਂ ਰੋਟੀ ਖਾਂਦੇ ਹੋਵਾਂਗੇ ਨਾ ਬਾਈ ਐ ਨਹੀਂ ਵੀ ਅੱਗੇ ਹੋਰ ਗੁੱਥਾ ਮੰਗਾ ਉਕਰੀ ਜਾ ਮੰਨਾ ਇਹਨੂੰ ਟਿਪ ਆਰਾਮ ਤੇ ਬਹਿ ਜਾਣਾ ਤੇਰੇ ਬਾਅਦ 'ਚ ਪਾ ਦਿਉ ਕੋਈ ਚੱਕਰ ਨਹੀਂ ਜਿਸ ਤਰ੍ਹਾਂ ਫਿਰ ਵੀ ਕਹਿਣਾ ਲੈ ਰੂਬੀ ਖਾ ਲਾ ਮੈਂ ਕਹਿ ਦਿੰਦਾ ਜੋ ਉੱਪਰ ਤੇ ਕਹਿ ਦੇ ਰੂਬੀ ਚੱਲ ਹੇਠਾਂ ਜੇ ਉਹ ਕਰਨ ਜਦੇ ਥੱਲੇ ਮੈਂ ਉਹ ਅੰਦਰ ਤੇ ਜਦ ਉਹ ਆਏ ਤੇ ਅੰਦਰ ਚਲੀ ਗਈ ਤੀ ਬੈਠੀ ਸੀ ਅੰਦਰ ਮੈਂ ਕਿਹਾ ਚੱਲ ਆਏ ਉੱਪਰ ਚੱਲੀ ਜਦੇ ਉੱਪਰ ਚੜ ਗਈ ਆਵੇ ਤੈਨੂੰ ਉੱਪਰ ਬੰਦ ਕਰੀ ਤਾਂ ਉਹ ਲੈ ਕੇ ਗਏ ਉਹ ਕਹਿੰਦੇ ਉੱਪਰ ਕਰਿਆ ਇਹਨੂੰ ਫਿਰ ਡਰ ਵੀ ਲੱਗਦਾ ਵੀ ਆਖਣਾ ਵੀ ਉਹਨੇ ਫਿਰ ਤਾਂ ਹੀ ਦੇਖਦੀ ਰਹਿੰਦੀ ਹੈ ਹੁਣ ਤਾਂ ਹੀ ਹੁਣ ਥੋੜੀ ਘੱਟ ਨਿਕਲਦੇ ਨਹੀਂ ਤੇ ਕਹਦੇ ਜਿੱਦੇ ਦੋ ਅੱਗੇ ਦੇ ਬੱਚੇ ਨਹੀਂ ਤਾਂ ਬਾਹਰ ਰਹਿਣ ਲੱਗ ਗਈ ਤੀ ਹੁਣ ਜਿਹੜੇ ਹੋਰ ਹੈ ਇੱਕ ਦੋ ਵੀ ਦੇ ਦੇਣੇ ਜੇ ਕਿਸੇ ਮਤਲਬ ਕੁੱਤੀਆਂ ਬਾਈ ਹੁਣ ਤਾਂ ਕੁੱਤੀਆਂ ਰਹਿ ਗਈਆਂ ਐ ਹੁੰਦਾ ਤਾਂ ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ ਬਾਈ ਹਲੇ ਹੋਰ ਰੁਕ ਜਾਓ ਥੋੜੇ ਪੜ ਲੈਣ ਦੋ ਤੁਹਾਨੂੰ ਪਤਾ ਵੀ ਜਿਹੜਾ ਮਾਂ ਦਾ ਦੁੱਧ ਹੁੰਦਾ ਉਹ ਵੱਖਰੀ ਆ ਉਹ ਫਿਰ ਇਹਨਾਂ ਨੂੰ ਚਾਉ ਚਾਉ ਕਰੀ ਜਾਣਾ ਫਿਰ ਕਈ ਵਾਰ ਬੰਦਾ ਕਰੀ ਜਾਂਦਾ ਵੀ ਯਾਰ ਛੱਡਿਆ ਹੋਇਆ ਉਹ ਕਰ ਲਓ ਠੀਕ ਆ ਫਿਰ ਔਖਾ ਹੁੰਦਾ ਇਹ ਤਾਂ ਪੂਰੇ 14 ਦਿਨ ਦੇ ਹੋਏ ਅੱਜ ਗਵਾਂਢੀਆਂ ਨੇ ਕਿਹਾ ਬਾਈ ਕਿਸਾਨ ਨੇ ਲੈਣਾ ਹੈ ਪਤਾ ਵੀ ਮਨਾ ਕਰਨਾ ਬਾਈ ਮੁੰਡਾ ਬਹੁਤ ਹੋਇਆ ਕੰਮ ਕੋਈ ਨਹੀਂ ਕਰਦਾ ਹੈਗਾ ਕਮਾ ਲਓ ਇਹਨੂੰ ਸਾਈਕਲ ਆਪਾਂ ਕਮਾ ਲਓ ਇੱਧਰ ਕਰ ਲਓ ਕਿਆ ਕਰਨਾ ਹਾਂ ਕਿਆ ਕਰਿਆ ਪੈਪ ਲੈ ਕੇ ਖੜ ਗਿਆ ਇੱਕ ਕੱਟੀ ਵੱਲ ਲੈ ਕੇ ਖੜ ਗਿਆ ਦੱਸ ਹੈ ਉਹੀ ਗਣਾਈ ਜਾਂਦਾ ਉਦਣ ਮੈਂ ਤਾਂ ਗਲਤੀ ਕਰ ਗਿਆ ਤੈਨੂੰ ਲਾ ਕੇ ਹੈ ਇੱਧਰ ਚੱਲੇ ਉੱਥੇ ਖੇਤ ਨੂੰ ਅੱਛਾ ਹੋਰ ਸੁਣਾ ਠੀਕ ਹੈ ਬਾਈ ਗਰਮੇ ਦੇ ਨਜ਼ਾਰੇ ਬਹੁਤ ਲਏ ਨੇ ਮੋਟਰਾਂ ਬਣਾਉਣ ਦੇ ਹੈ ਨਾਲੇ ਚਲੇ ਜਾਂਦਾ ਤਾਂ ਕੰਮ ਇਹਨੂੰ ਸਿਖਾਉਣੇ ਹੁਣ ਇਹਨੂੰ ਮੈਸਾਂ ਸਿਖਾਉਣੀਆਂ ਚੋਣੀਆਂ ਹੋਰ ਕਿਆ ਜਦ ਤੁਸੀਂ ਕਿਤੇ ਗਏ ਵੇ ਆ ਇਹਨੂੰ ਬੁਲਾ ਲਿਆ ਘਮਾਰ ਲਿਆ ਇਹਨੂੰ ਲਾਉਣਾ ਗੋਹਾ ਚੱਕਣ ਹਾਂ ਗੋਹਾ ਉਹ ਜੰਦਰਾ ਜਹਾ ਤੇ ਇਹ ਨਹੀਂ ਕੰਮ ਸਿੱਖਣਾ ਦਿੱਤੇ ਅਸੀਂ ਤਾਂ ਪਹਿਲਾਂ ਖਿੱਚ ਲਿਆ ਚੱਕ ਲਿਆ ਸਭ ਕੁਝ ਕਰ ਲਿਆ ਸੀ ਤਾਂ ਮੈਸਾਂ ਚੋਣੇ ਪਰ ਪਹੁੰਚੇ ਆ ਹੋਰ ਕਿਆ ਹੈ ਨਾ ਗੋਹਾ ਚੱਕਣਾ ਸਿੱਖ ਉਹ ਤਾਂ ਦੇ ਆਉਂਦਾ ਚਲ ਫਿਰ ਕੱਲ ਨੂੰ ਕੱਲ ਨੂੰ ਕੱਲ ਨੂੰ ਕਿਆ ਹੋਣੀ ਲਾਈਟ ਬਾਲ ਦਿੰਦੇ
ਹੁਣੇ ਚੱਕੂਗਾ ਹੱਥ ਨਾਲ ਚੱਕਣਾ ਨਾ ਇਹ ਕੀ ਕਰਨਾ ਚੱਕ ਕੇ ਦਿਖਾਉਣਾ ਹੀ ਆ ਬਸ ਐਵੇਂ ਚੱਕ ਕੇ ਫਿਰ ਰੱਖ ਦੇਣਾ ਰੱਖ ਦੇਣਾ ਫਿਰ ਮੰਨ ਜੂ ਬਈ ਤੂੰ ਕੰਮ ਕਰ ਸਕਦਾ ਕਰ ਸਕਦਾ ਤੂੰ ਚੱਕ ਕੇ ਦਿਖਾ ਦੋ ਹਾਂ ਮੈਂ ਤਾਂ ਚੱਕ ਨੂੰ ਫਿਰ ਮੈਂ ਤਾਂ ਬਥੇਰੇ ਸਾਫ਼ ਨਹੀਂ ਕਰਦੇ ਅਸੀਂ ਤਾਂ ਲਿਬੜੀ ਵੀ ਹੁੰਦੇ ਅਸੀਂ ਹੱਥ ਨਾਲ ਸਾਰੀ ਸਾਫ਼ ਨਹੀਂ ਕਰਦੇ ਪਹਿਲਾਂ ਦਿਖਾਓ ਦਿਖਾਓ ਮੈਨੂੰ ਕਦੇ ਦੇਖਿਆ ਨਹੀਂ ਹੈਗਾ ਉਹ ਜਾਣ ਕੇ ਮੈਂ ਐਸਾ ਚਾਹੁੰਦਾ ਹੁੰਦਾ ਗੋਹਾ ਲੱਗਿਆ ਮੈਂ ਸਾਫ਼ ਕਰਦਾ ਨਹੀਂ ਉਹ ਆਕਣੇ ਕਿਉਂ ਦਿੰਦਾ ਉਹ ਜਾਣਦੇ ਜਾ ਕੇ ਦੇਖਦਾ ਸਾਫ਼ ਹੋਈਆਂ ਇਹ ਗੋਹਾ ਨੂੰ ਹੱਥ ਲਾ ਕੇ ਦਿਖਾ ਦਿਓ ਤੂੰ ਮੇਰੀ ਛੱਡ ਮੈਂ ਤਾਂ ਚੱਕਿਆ ਕਰ ਤੂੰ ਕਰ ਜਾ ਚੱਕ ਉਹ ਮੈਂ ਤਾਂ ਚੱਕ ਦੇਣਾ ਮੈਨੂੰ ਪਤਾ ਵੀ ਤਾਂ ਚੱਕਣਾ ਨੀ ਅਸੀਂ ਤਾਂ ਬਥੇਰਾ ਮੈਂ ਤੈਨੂੰ ਦੱਸ ਰਿਹਾ ਮੈਂ ਐਸਾ ਚੋਣ ਲੱਗੇ ਅਸੀਂ ਸਾਫ਼ ਨਹੀਂ ਕਰਦੇ ਸਾਰੇ ਗੋਹਾ ਗੋਹਾ ਲੱਗਿਆ ਹੁੰਦਾ ਉਹ ਨਹੀਂ ਕਰਦੇ ਸਾਨੂੰ ਚੱਕ ਕੇ ਦਿਖਾਓ ਜਿਹੜਾ ਉਹ ਜ਼ਮੀਨ ਪਰ ਪਿਆ ਉਹ ਹੈ ਚੱਕ ਕੇ ਦਿਖਾਓ ਤਾਂ ਵੀ ਚੱਕੂਗਾ ਹੁਣ ਮੈਂ ਹਲੇ ਹੁਣ ਦੇ ਤੂੰ 5 ਮਿੰਟ ਪਹਿਲਾਂ ਕਹਿੰਦਾ ਤਾਂ ਤਾਂ ਹੁਣ ਮੈਂ ਹੱਥ ਧੋ ਕੇ ਆਇਆ ਤੇਰੇ ਸਾਹਮਣੇ ਮੱਥਾ ਚੁੱਕ ਕੇ ਕੋਈ ਨਹੀਂ ਵੱਤ ਧੋ ਲਿਆ ਤੂੰ ਚੱਕ ਮੈਂ ਮੰਨ ਜੂੰਗਾ ਵੀ ਤੂੰ ਕੰਮ ਕਰੂਗਾ ਉਹ ਦੇਖੋ ਰੇਲ ਗੱਡੀ ਬਣਾਈ ਹੋਈ ਆ ਉਹਨੇ ਆਹ ਦੇ ਤੂੰ ਇਹ ਚੱਕ ਦੇ ਗੋਹਾ ਕਿਵੇਂ ਘੁੰਮਦੇ ਚੱਲ ਠੀਕ ਆ ਨੂੰ ਕਰਨ ਤੇ ਹੁਣ ਕੱਲ ਨੂੰ ਬਾਈ ਅੰਗਦ ਦਾ ਬਰਥਡੇ ਆ ਤੇ ਅੰਗਦ ਕੌਣ ਅੰਗਦ ਮੇਰੇ ਮਾਮਾ ਜੀ ਦਾ ਮੁੰਡਾ ਕਰਨ ਦੇ ਮਾਮਾ ਜੀ ਦਾ ਮੁੰਡਾ ਤੇ ਉਹਦਾ ਬਰਥਡੇ ਆ ਤੇ ਕੱਲ ਨੂੰ ਬਾਈ ਕਿਰਤਪੁਰ ਸਾਹਿਬ ਉਹਨਾਂ ਨੇ ਤੇਰੇ ਮਤਲਬ 3 ਸਾਲ ਬਾਅਦ ਮਤਲਬ ਜਦੋਂ ਅੰਗਤ ਹੋਇਆ ਤਾਂ ਬਾਈ ਉੱਥੇ ਆਪਣਾ ਅਖੰਡ ਪਾਠ ਸਾਹਿਬ ਸੁੱਖਿਆ ਤਾ ਅਤੇ 3 ਸਾਲ ਬਾਅਦ ਉਹਦੀ ਅੱਜ ਮਤਲਬ ਕਿ ਕੱਲ੍ਹ ਨੂੰ ਵਾਰੀ ਆਉਣੀ ਕੱਲ੍ਹ ਨੂੰ ਭੋਗ ਪੈਣਾ ਹੈ ਅਤੇ ਉਹਨਾਂ ਨੇ ਆਉਣਾ ਹੈ ਕੱਲ੍ਹ ਨੂੰ ਫਿਰ ਅੰਗਤ ਉਹਨਾਂ ਨੂੰ ਮਿਲੂੰਗੇ ਅਤੇ ਸਵੇਰੇ ਸਾਜਰੇ ਹੀ ਉੱਥੇ ਮਤਲਬ ਕਿ 8 ਵਜੇ ਭੋਗ ਪਾ ਦਿੰਦੇ ਆ 8:30-9 ਵਜੇ ਸਾਜਰੇ ਜਾਣਾ ਪੈਣਾ ਮੈਨੂੰ ਸਕੂਲ ਭੇਜੂਗੇ ਦੇਖੋ ਅਤੇ ਮੈਂ ਘਰੇ ਹਾਂ ਨਵਕਾਰਨ ਤੈਨੂੰ ਪਤਾ ਜਸ਼ਨ ਨਾਲ ਤੇਰੀ ਮੰਮੀ ਨੇ ਜਾਣਾ ਉਹਨਾਂ ਦੇ ਨਾਲ 3 ਸਾਲ ਦੀ ਡੇਟ ਤੀ ਬਾਈ ਬਾਬਾ ਗੁਰਜੀਤਾ ਦੀ ਦੇ ਅਤੇ ਉੱਥੇ ਫਿਰ ਹੁਣ 3 ਸਾਲ ਬਾਅਦ ਕੱਲ੍ਹ ਹੋ ਗਏ 3 ਸਾਲ ਵੈਸੇ ਤਾਂ ਆਪਾਂ ਕਹਿ ਦਿੰਦੇ 3 ਸਾਲ ਦੇ ਪਰ ਪਤਾ ਨਹੀਂ ਲੱਗਿਆ 3 ਸਾਲ ਹੈ ਕਿ ਨਹੀਂ ਹੁਣ ਟਾਈਮ 3 ਸਾਲ ਦਾ ਬਾਅਦ ਡੇਟ ਮਿਲੂਗੀ ਡੇਟ ਤਾਂ ਮਿਲ ਗਈ ਸੀ ਪਹਿਲਾਂ ਹੀ ਮਤਲਬ ਮਿਲ ਜਾਣੀ ਸੀ ਇੱਦਾਂ ਇਹਨਾਂ ਨੇ ਕਿਹਾ ਤਾਂ ਬਈ ਬਰਥਡੇ ਵਾਲੇ ਦਿਨੇ ਕਰ ਦਿਓ ਹੁਣ ਮਤਲਬ ਕਿ ਫਿਰ ਵੀ ਐਂ ਥੋੜ੍ਹਾ ਤਾਂ ਪਿਛਲੇ ਸਾਲ ਨਹੀਂ ਮਿਲੀ ਤੇ ਪਿਛਲੇ ਸਾਲ ਮਤਲਬ ਇਸ ਸਾਲ ਹੀ ਮਿਲ ਜਾਣੀ ਸੀ ਚਾਹੇ 2-4 ਮਹੀਨੇ ਅੱਗੇ 2-4 ਅੱਗੇ ਪਿੱਛੇ ਮਿਲ ਇਹ ਕਹਿੰਦੇ ਵੀ ਬਰਥਡੇ ਵਾਲੇ ਦਿਨੇ ਕਰ ਦਿਓ ਫਿਰ ਜਦ ਫਿਰ ਡੇਟ ਕਰ ਲਈ ਵੀ ਚਲੋ ਜਦੋਂ ਉਸ ਟਾਈਮ ਉਹ ਕਰ ਦਿਓ ਫਿਰ ਵੀ ਮਤਲਬ ਕਿ ਮੂੰਹ 3 ਸਾਲ ਦੀ ਤਾਂ ਬੁਕਿੰਗ ਹੈਗੀ ਸੀ ਉਸ ਟਾਈਮ 3 ਸਾਲ ਪਹਿਲਾਂ ਹੁਣ ਪਤਾ ਨਹੀਂ ਚਲੋ ਠੀਕ ਹੈ ਬਾਈ ਮਿਲਦੇ ਹਾਂ ਫਿਰ ਕੱਲ੍ਹ ਨੂੰ ਕਿਸੇ ਹੋਰ ਵੀਡੀਓ 'ਚ